हां जी दोस्तों सोशल मीडिया ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਆਦਮੀ ਸਾਈਕਲ ਵਾਲੀ ਰੇੜੀ ਲੈ ਕੇ ਜਾ ਰਿਹਾ ਹੈ ਤੇ ਇਸ ਰੇੜੀ ਤੇ ਕਾਫੀ ਜ਼ਿਆਦਾ ਟਾਇਰ ਲੱਦੇ ਹੋਏ ਹਨ ਤੇ ਪਿੱਛੋਂ ਦੋ ਸਕੂਲ ਵਾਲੀਆਂ ਕੁੜੀਆਂ ਇਸ ਰੇੜੀ ਨੂੰ ਤੱਕਾ ਲਗਾ ਰਹੀਆਂ ਹਨ ਅਸਲ ਵਿੱਚ ਇਹ ਜੋ ਬੰਦਾ ਰੇੜੀ ਖਿੱਚ ਰਿਹਾ ਹੈ ਇਹ ਬੰਦਾ ਸਾਈਕਲ ਵਾਲੀ ਰੇੜੀ ਤੇ ਸਮਾਨ ਦੀ ਢੋਆ ਢਵਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਇਹ ਆਦਮੀ ਇੱਕ ਟਾਇਰਾਂ ਵਾਲੀ ਦੁਕਾਨ ਤੇ ਟਾਇਰਾਂ ਦਾ ਢੇੜਾ ਲਗਾਉਣ ਲਈ ਜਾਂਦਾ ਹੈ ਪਰ ਦੁਕਾਨਦਾਰ ਵੱਲੋਂ ਰੇੜੀ ਤੇ ਜ਼ਰੂਰਤ ਤੋਂ ਜ਼ਿਆਦਾ ਟਾਰ ਲੱਦ ਦਿੱਤੇ ਜਾਂਦੇ ਹਨ ਜਿਸ ਕਰਕੇ ਰੇੜੀ ਤੇ ਭਾਰ ਜ਼ਿਆਦਾ ਹੋ ਜਾਂਦਾ ਹੈ ਤੇ ਇਸ ਆਦਮੀ ਕੋਲੋਂ ਰੇੜੀ ਖਿੱਚਣੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਇਹ ਆਦਮੀ ਧੁੱਪ ਵਿੱਚ ਰੇੜੀ ਖਿੱਚ ਰਿਹਾ ਹੁੰਦਾ ਹੈ ਤਾਂ ਕੋਲ ਹੀ ਸਕੂਲ ਵਿੱਚ ਪੜਦੀਆਂ ਇਸ ਆਦਮੀ ਦੀਆਂ ਦੋ ਧੀਆ ਜਦੋਂ ਆਪਣੇ ਪਿਤਾ ਨੂੰ ਗਰਮੀ ਵਿੱਚ ਅਜਿਹਾ ਕਰਦਾ ਦੇਖਦੀਆਂ ਹਨ ਤਾਂ ਦੋਵੇਂ ਧੀਆ ਭੱਜ ਕੇ ਜਾ ਕੇ ਆਪਣੇ ਪਿਤਾ ਦੀ ਰੇੜੀ ਨੂੰ ਤੱਕਾ ਲਗਾਉਣ ਲੱਗ ਜਾਂਦੀਆਂ ਹਨ ਬਿਨਾਂ ਕਿਸੇ ਦੀ ਸ਼ਰਮ ਜਾਂ ਪਰਵਾਹ ਕੀਤੀ ਇਸ ਵੀਡੀਓ ਨੂੰ ਕਿਸੇ ਵੀਰ ਨੇ ਆਪਣੇ ਕਰ ਦੀ ਛੱਤ ਤੋ ਰਿਕਾਰਡ ਕੀਤਾ ਹੈ ਤੇ سوشل میڈیا ਤੇ ਸ਼ੇਅਰ ਕੀਤਾ ਹੈ سوشل میڈیا ਤੇ ਇਹਨਾਂ ਧੀਆਂ ਦੀ ਬਹੁਤ ਜ਼ਿਆਦਾ ਤਾਰੀਫ਼ ਵੀ ਕੀਤੀ ਜਾ ਰਹੀ ਹੈ ਤੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ